ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਹੁਣੇ ਹੁਣੇ ਇੱਥੇ ਸਰਕਾਰ ਨੇ ਵਧਾਇਆ ਲੋਕਡਾਊਨ, ਇੰਨੇ ਤੋਂ ਵੱਧ ਲੋਕਾਂ ਦੇ ਇਕੱਠ 'ਤੇ ਲਾਈ ਪਾਬੰਦੀ। ਪੂਰੀ ਵੀਡੀਓ ਅੰਤ ਤੱਕ ਦੇਖਿਓ ਦੋਸਤੋ, ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ। ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ। ਲੋਕਡਾਊਨ ਨਾਲ ਸੰਬੰਧਿਤ ਖਬਰ ਆ, ਇਕੱਠ 'ਤੇ ਲੋਕਾਂ ਦੇ 'ਤੇ ਪਾਬੰਦੀ ਲੱਗ ਗਈ। ਅੰਤ ਤੱਕ ਵੀਡੀਓ ਨੂੰ ਦੇਖਦੇ ਰਹਿਓ। ਖਬਰ ਆ ਰਹੀ ਆ ਜੀ ਹਰਿਆਣਾ ਤੋਂ, ਜਿੱਥੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦੱਸਿਆ ਕਿ ਸੂਬੇ ਦੇ ਵਿੱਚ 17 ਮਈ ਤੱਕ ਲੋਕਡਾਊਨ ਦੇ ਵਿੱਚ ਵਾਅਦਾ ਕੀਤਾ ਗਿਆ। ਕਿਸੇ ਵੀ ਜਨਤਕ ਜਾਂ ਪਰਿਵਾਰਕ ਪ੍ਰੋਗਰਾਮ ਦੇ ਵਿੱਚ 11 ਤੋਂ ਵੱਧ ਲੋਕਾਂ ਦੇ ਇਕੱਠ ਹੋਣ 'ਤੇ ਰੋਕ ਲਾ ਦਿੱਤੀ ਗਈ ਆ। ਵਿੱਚ ਨੇ ਦੱਸਿਆ ਕਿ ਇੱਕ ਹਫ਼ਤੇ ਲਈ ਮਹਾਂਮਾਰੀ ਅਲਰਟ, ਸੁਰੱਖਿਅਤ ਹਰਿਆਣਾ ਐਲਾਨਿਆ ਗਿਆ ਹੈ। ਨਿਯਮਾਂ ਦੇ ਵਿੱਚ ਸਖ਼ਤੀ ਕਰਦੇ ਹੋਏ 11 ਤੋਂ ਵੱਧ ਵਿਅਕਤੀ ਇੱਕ ਸਥਾਨ 'ਤੇ ਇਕੱਠੇ ਹੋਣ ਦੇ ਉੱਪਰ ਸਖ਼ਤ ਪਾਬੰਦੀ ਰਹੇਗੀ। ਵਿਆਹ ਅਤੇ ਅੰਤਮ ਸੰਸਕਾਰ ਦੇ ਵਿੱਚ ਸਿਰਫ 11 ਲੋਕਾਂ ਦੇ ਹੀ ਜਾਣ ਦੀ ਸਰਕਾਰ ਦੇ ਵੱਲੋਂ ਮਨਜ਼ੂਰੀ ਹੋਵੇਗੀ। ਇਸ ਦੇ ਨਾਲ ਹੀ ਪੂਰੇ ਹਰਿਆਣੇ ਸੂਬੇ ਦੇ ਵਿੱਚ ਕੋਈ ਜਲੂਸ, ਕੋਈ ਬਰਾਤ ਨਹੀਂ ਨਿਕਲੇਗੀ। ਸੋ ਇਹ ਵੱਡੇ ਵੱਡੇ ਜਿਹੜੇ ਸਖ਼ਤ ਪਾਬੰਦੀਆਂ ਹਰਿਆਣਾ ਦੇ ਵਿੱਚ ਲੱਗ ਗਈਆਂ ਨੇ। ਸੋ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਦੁਆਰਾ, ਹਰਿਆਣਾ ਦੀ ਭਾਜਪਾ ਸਰਕਾਰ ਦੇ ਦੁਆਰਾ ਲਾਈਆਂ ਗਈਆਂ ਨੇ। ਉਹਨਾਂ ਨੇ ਕਿਹਾ ਜੀ ਤਾਂ ਜੋ ਕੋਰੋਨਾ ਦੀ ਚੈਨ ਨੂੰ ਤੋੜਿਆ ਜਾ ਸਕੇ। ਸੋ ਇਸੇ ਦੀ ਤਰਜ਼ 'ਤੇ ਹੁਣ ਪੰਜਾਬ ਦੇ ਵਿੱਚ ਵੀ ਮੀਟਿੰਗ, ਕੈਬਨਿਟ ਮੀਟਿੰਗ ਜਿਹੜੀ ਸੱਦੀ ਗਈ ਆ ਕੱਲ੍ਹ ਨੂੰ। ਸੋ ਦੇਖਣਾ ਇਹ ਹੋਵੇਗਾ ਉਸ ਦੇ ਵਿੱਚ ਕੀ ਪਾਬੰਦੀਆਂ ਲੱਗਦੀਆਂ ਨੇ। ਧੰਨਵਾਦ।